ਬੀਬੀ ਜਗੀਰ ਕੌਰ ਜੋ ਇੱਕ ਡੇਰੇ ਦੀ ਸਾਧਣੀ ਆ, ਮੈਂ ਸਮਝਦਾ ਕਿ ਜਿੱਡਾ ਨਿਕੰਮਾ ਮੁੰਡਾ ਬਾਦਲ ਨੇ ਜੰਮਿਆ, ਸ਼ਾਇਦ ਕਿਸੇ ਵੀ ਹੋਰ ਪੰਜਾਬੀ ਦਾ ਇੰਨਾ ਨਿਕੰਮਾ ਮੁੰਡਾ ਨਹੀਂ। ਬੀਬੀ ਜਗੀਰ ਕੌਰ ਇੱਕ ਡੇਰੇ ਦੀ ਸਾਧਵੀ ਹੈ ਅਤੇ ਸੁਖਬੀਰ ਸਿੰਘ ਬਾਦਲ ਪੰਜਾਬ ਦਾ ਸਭ ਤੋਂ ਨਿਕੰਮਾ ਪੁੱਤ ਪ੍ਰਕਾਸ਼ ਸਿੰਘ ਬਾਦਲ ਨੇ ਜੰਮਿਆ ਹੈ। ਇਹ ਕਹਿ ਰਹੇ ਨੇ ਸੇਵਾ ਸਿੰਘ ਸੇਖਵਾਂ, ਸਾਬਕਾ ਅਕਾਲੀ ਲੀਡਰ ਅਤੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ। ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਟਕਸਾਲੀਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ 'ਚ ਅਕਾਲੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ। ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਜਿਹੜੇ ਇਹ ਤਿੰਨ ਬੰਦੇ ਜਿਨ੍ਹਾਂ ਟਕਸਾਲੀ ਅਕਾਲੀ ਦਲ ਬਣਾਇਆ, ਇਹ ਤਾਂ ਰਿਟਾਇਰ ਹੋ ਚੁੱਕੇ ਸਨ। ਇਹ ਸਾਡੇ ਨਾਲ ਨਾਰਾਜ਼ ਇਸ ਕਰਕੇ ਹੋਏ ਆ ਕਿ ਆਪਣੇ ਮੁੰਡਿਆਂ ਨੂੰ ਟਿਕਟਾਂ ਦਵਾਉਣੀਆਂ ਚਾਹੁੰਦੇ ਸੀ ਅਤੇ ਮੁੰਡੇ ਇਹਨਾਂ ਦੇ ਨਲਾਇਕ ਨੇ, ਅਸੀਂ ਟਿਕਟਾਂ ਨਹੀਂ ਸੀ ਦੇਣੀਆਂ ਚਾਹੁੰਦੇ, ਤਾਂ ਨਾਰਾਜ਼ ਹੋਏ ਆ। ਮੈਂ ਪੁੱਛਣਾ ਚਾਹੁੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਸਾਡੇ ਮੁੰਡੇ ਨਲਾਇਕ ਆ ਕਿ ਤੇਰਾ ਮੁੰਡਾ ਨਲਾਇਕ ਆ? ਆਹ ਬੋਨੀ ਬੈਠਾ ਆ, ਡਾਕਟਰ ਰਤਨ ਸਿੰਘ ਦਾ ਮੁੰਡਾ ਆ, ਦੋ ਇਲੈਕਸ਼ਨਾਂ MLA ਦੀਆਂ ਲੜੀਆਂ ਦੋਵੇਂ ਜਿੱਤੀਆਂ, ਇਹ ਨਲਾਇਕ ਆ? ਬ੍ਰਹਮਪੁਰ ਸਾਹਿਬ ਦੇ ਮੁੰਡੇ ਨੇ ਇੱਕ ਇਲੈਕਸ਼ਨ ਲੜੀ, ਉਹ ਵੀ ਜਿੱਤੀ, ਉਹ ਨਲਾਇਕ ਆ? ਮੇਰੇ ਮੁੰਡੇ ਨੇ ਇਲੈਕਸ਼ਨ ਕੋਈ ਨਹੀਂ ਲੜੀ, ਉਹਨੂੰ ਅਜੇ ਕਹਿ ਨਹੀਂ ਸਕਦੇ। ਅਤੇ ਮੈਂ ਸੁਖਬੀਰ ਸਿੰਘ ਬਾਦਲ ਨੂੰ ਪੁੱਛਣਾ ਕਿ ਤੂੰ ਲਾਇਕ ਰਹਿ ਗਿਓ ਜਿਹਦੀ ਵਜ੍ਹਾ ਕਰਕੇ ਉਹ ਅਕਾਲੀ ਦਲ ਦੀ ਸਰਕਾਰ ਜਿਹੜੀ 10 ਸਾਲ ਲਗਾਤਾਰ ਚੱਲੀ, ਅਤੇ ਤੇਰੀ ਸਿਆਣਪ ਕਰਕੇ, ਤੇਰੀਆਂ ਬੇਵਕੂਫੀਆਂ ਕਰਕੇ, ਤੇਰੀ ਵਜ੍ਹਾ ਕਰਕੇ ਅਕਾਲੀ ਦਲ ਤੀਸਰੇ ਨੰਬਰ 'ਤੇ ਆਇਆ ਅਤੇ 117 'ਚੋਂ 15 ਸੀਟਾਂ ਲੈ ਗਈਆਂ, ਇਹ ਤੂੰ ਲਾਇਕ ਆ? ਅੱਜ ਜੋ ਹਸ਼ਰ ਸਿੱਖੀ ਦਾ ਅਤੇ ਸਿੱਖ ਸੰਸਥਾਵਾਂ ਦਾ ਤੇਰੀ ਪ੍ਰਧਾਨਗੀ 'ਚ ਹੋਇਆ, ਹੁਣ ਤੂੰ ਲਾਇਕ ਰਹਿ ਗਿਓ? ਮੈਂ ਸਮਝਦਾ ਕਿ ਜਿੱਡਾ ਨਿਕੰਮਾ ਮੁੰਡਾ ਬਾਦਲ ਨੇ ਜੰਮਿਆ, ਸ਼ਾਇਦ ਕਿਸੇ ਵੀ ਹੋਰ ਪੰਜਾਬੀ ਦਾ ਇੰਨਾ ਨਿਕੰਮਾ ਮੁੰਡਾ ਨਹੀਂ। ਸੋ ਇਸ ਕਰਕੇ ਵੀਰੋ ਸਾਥ ਦਿਓ। ਸਾਨੂੰ ਕਈ ਵਾਰੀ ਲੋਕੀ ਪੁੱਛਦੇ ਆ ਭਈ ਤੁਸੀਂ ਅਲੱਗ ਕਿਉਂ ਹੋਏ ਹੋ? ਅਸੀਂ ਸਾਰਿਆਂ ਐਲਾਨ ਕੀਤਾ ਵੀ ਅਸੀਂ ਹੁਣ ਜ਼ਿੰਦਗੀ 'ਚ ਕੋਈ ਅਹੁਦਾ ਨਹੀਂ ਸਾਨੂੰ ਚਾਹੀਦਾ, ਕੁਛ ਨਹੀਂ ਲੈਣਾ ਦੇਣਾ। ਅਸੀਂ ਜੋ ਕਦਰਾਂ ਕੀਮਤਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਬਰਬਾਦ ਹੋਈਆਂ ਨੇ, ਉਹਨਾਂ ਨੂੰ ਲੀਹਾਂ 'ਤੇ ਲਵਾਉਣਾ ਹੋਰ ਸਾਡੀ ਮਨਸ਼ਾ ਕੋਈ ਨਹੀਂ। ਸੋ ਇਹਨਾਂ ਕਦਰਾਂ ਕੀਮਤਾਂ ਨੂੰ ਬਹਾਲ ਕਰਨ ਵਾਸਤੇ ਸਾਡਾ ਸਾਥ ਦਿਓ। ਅਤੇ ਮੈਨੂੰ ਪੂਰਨ ਆਸ ਆ ਕਿ ਜਿਹੋ ਜਿਹੇ ਨੌਜਵਾਨ ਪੀਰ ਮੁਹੰਮਦ ਸਾਹਿਬ ਵਰਗੇ ਜਾਂ ਸੰਧੂ ਸਾਹਿਬ ਵਰਗੇ ਜਾਂ ਜਿਹੜੇ ਤੁਸੀਂ ਸਾਡੇ ਸਨਮੁੱਖ ਬੈਠੇ ਹੋ, ਇਹ ਅਕਾਲੀ ਦਲ ਦਾ ਸਾਥ ਦੇਣਗੇ ਅਤੇ ਉਹ ਵਕਤ ਦੂਰ ਨਹੀਂ ਜਦੋਂ ਅਸੀਂ ਇਹ ਗੱਡੀ ਮੁੜ ਕੇ ਲੀਹ 'ਤੇ ਲਿਆ ਸਕਾਂਗੇ। ਮੈਂ ਇਹ ਵੀ ਬੇਨਤੀ ਕਰਾਂਗਾ ਕਿ ਨੌਜਵਾਨ ਕੌਮ ਦਾ ਸਰਮਾਇਆ ਨੇ, ਤੁਸੀਂ ਸਾਡਾ ਭਵਿੱਖ ਹੋ, ਤੁਸੀਂ ਆਉਣ ਵਾਲੇ ਸਮੇਂ 'ਚ ਸਾਡੇ ਲੀਡਰ ਬਣਨਾ ਆ, ਕੌਮ ਦੇ ਨੇਤਾ ਬਣਨਾ ਆ, ਤੁਸੀਂ ਵਾਗਡੋਰ ਸਾਹਮਣੇ ਆ। ਅਸੀਂ ਤਾਂ ਹੁਣ ਸਲਾਹਾਂ ਦੇ ਸਕਦੇ ਹਾਂ ਜ਼ਿੰਦਗੀ ਦੇ ਐਕਸਪੀਰੀਅੰਸ 'ਚੋਂ, ਜੋ ਐਨਰਜੀ ਤੁਹਾਡੇ ਵਿੱਚ ਆ ਉਹ ਸਾਡੇ ਵਰਗਿਆਂ 'ਚ ਨਹੀਂ ਹੋ ਸਕਦੀ। ਅੱਗੇ ਲੱਗੋ, ਅੱਗੇ ਲੱਗ ਕੇ ਮਾੜੀ ਮੋਟੀ ਸਾਡੇ ਵਰਗਿਆਂ ਦੀ ਸਲਾਹ ਲੈ ਕੇ ਕੌਮ ਦੀ ਅਗਵਾਈ ਕਰੋ। ਜੋ ਇਹ ਗੱਡੀ ਲੀਓ ਲੱਥੀ ਆ, ਆਪਾਂ ਰਲ ਮਿਲ ਕੇ ਜਿਹੜੇ ਪੰਥਕ ਸੋਚ ਦੇ ਧਾਰਨੀ ਆ, ਇਸ ਗੱਡੀ ਨੂੰ ਮੁੜ ਕੇ ਲੀ 'ਤੇ ਲਿਆਈਏ, ਢੰਗ ਨਾਲ
ਜੋ ਬਾਦਲ ਦਲ, ਮੈਂ ਸ਼੍ਰੋਮਣੀ ਅਕਾਲੀ ਦਲ ਨਹੀਂ ਕਹਾਂਗਾ, ਬਾਦਲ ਦਲ, ਕਿਉਂਕਿ ਕਬਜ਼ਾ ਹੀ ਹੁਣ ਇੱਕ ਪਰਿਵਾਰ ਦਾ ਆ ਅਤੇ ਉਹਦੀ ਗੱਲ ਹੀ ਚੱਲਦੀ ਆ। ਉਹ ਹੁਣ ਸ਼੍ਰੋਮਣੀ ਅਕਾਲੀ ਦਲ ਨਹੀਂ ਰਹਿ ਗਿਆ, ਬਾਦਲ ਦਲ ਬਣ ਕੇ ਰਹਿ ਗਿਆ। ਪਿਛਲੇ ਸਮੇਂ 'ਚ ਜੋ ਕੁਝ ਉਹਨਾਂ ਨੇ ਕੀਤਾ ਆ, ਮੈਂ ਜਿਹੜੀਆਂ ਗੱਲਾਂ ਪਹਿਲਾਂ ਹੋ ਚੁੱਕੀਆਂ ਉਹ ਰਿਪੀਟ ਨਹੀਂ ਕਰਾਂਗਾ। ਥੋੜ੍ਹੇ ਦਿਨਾਂ ਦੀਆਂ ਜੋ ਘਟਨਾਵਾਂ ਵਾਪਰੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸਭ ਤੋਂ ਵੱਡੀ ਸਿੱਖ ਕੌਮ ਵਾਸਤੇ ਜੋ ਮਾੜੀ ਗੱਲ ਹੋਈ ਆ ਉਹ ਇਹ ਆ ਕਿ ਬਾਦਲ ਦਲ ਨੇ ਜਿੰਨੇ ਵੀ ਸਾਡੇ ਧਾਰਮਿਕ ਅਦਾਰੇ ਸਨ ਉਹ ਭਾਰਤੀ ਜਨਤਾ ਪਾਰਟੀ ਦੇ ਰਾਹੀਂ RSS ਦੇ ਹਵਾਲੇ ਕਰ ਦਿੱਤੇ ਹੈ, ਡੇਰਿਆਂ ਦੇ ਹਵਾਲੇ ਕਰ ਦਿੱਤੇ ਹੈ। ਤੁਸੀਂ ਕੱਲ ਹੀ ਇੱਕ ਵੀਡੀਓ ਵਾਇਰਲ ਹੋਈ ਵੇਖੀ ਹੋਏਗੀ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਲੌਂਗੋਵਾਲ ਸਾਹਿਬ, 2005 ਵਿੱਚ ਜਿਹੜਾ ਸੌਦਾ ਸਾਹ ਦਿਆ ਉਹਦੇ ਚੇਲਿਆਂ ਨੇ ਇੱਕ ਧਰਨਾ ਦਿੱਤਾ ਸੀ ਸੰਗਰੂਰ। ਉਹਦਾ ਕਾਰਨ ਕੀ ਸੀ ਕਿ ਇੱਕ ਇਨਕੁਆਇਰੀ ਮਾਰਕ ਹੋਈ ਸੀ CBI ਨੂੰ ਕਿ ਜੋ ਗੁਨਾਹ ਕੀਤੇ ਨੇ ਸੌਦਾ ਸਾਹਿਬ ਨੇ, ਇੱਕ ਪੱਤਰਕਾਰ ਦਾ ਕਤਲ ਕੀਤਾ ਸੀ, ਡੇਰੇ ਦੇ ਮੈਨੇਜਰ ਦਾ ਕਤਲ ਕੀਤਾ ਸੀ, ਅਤੇ CBI ਨੂੰ ਇਨਕੁਆਇਰੀ ਮਾਰਕ ਹੋਈ ਜਿਹਦੇ ਵਿਰੋਧ ਵਿੱਚ ਸੌਦਾ ਸਾਹਿਬ ਦੇ ਚੇਲਿਆਂ ਨੇ ਸੰਗਰੂਰ ਧਰਨਾ ਦਿੱਤਾ, ਅਤੇ ਉਸ ਧਰਨੇ ਦੇ ਵਿੱਚ ਲੌਂਗੋਵਾਲ ਸਾਹਿਬ ਨੇ ਵੀ ਸ਼ਮੂਲੀਅਤ ਕੀਤੀ। ਜਦੋਂ ਵੋਟਾਂ ਆਈਆਂ, MLA ਦੀ ਇਲੈਕਸ਼ਨ ਲੜ ਰਹੇ ਸੀ ਅਤੇ ਵੋਟਾਂ ਮੰਗਣ ਵਾਸਤੇ ਵੀ ਸੌਦੇ ਸਾਹਿਬ ਦੀ ਮਤ ਲੈਣ ਵਾਸਤੇ ਗਏ, ਜਿਹਦਾ ਸਬੂਤ ਆ ਕਿ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਏ, ਉਹਨਾਂ ਨੂੰ ਤਨਖਾਹ ਲੱਗੀ। ਐਸੇ ਇਨਸਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ। ਇੱਕ ਪਾਸੇ ਸਿੱਖ ਸਿਧਾਂਤਾਂ ਮੁਤਾਬਕ ਅਸੀਂ ਡੇਰਾਵਾਦ ਦੇ ਖਿਲਾਫ ਹਾਂ, ਲੇਕਿਨ ਜਿਹੜੀ ਪਹਿਲੀ ਟਿਕਟ ਅਨਾਊਂਸ ਕੀਤੀ ਆ ਸੁਖਬੀਰ ਸਿੰਘ ਨੇ, ਇਹ ਪੰਥਕ ਪਾਰਟੀ ਵੇਖ ਲਓ, ਬੀਬੀ ਜਗੀਰ ਕੌਰ ਜੋ ਇੱਕ ਡੇਰੇ ਦੀ ਸਾਧਣੀ ਆ ਉਹਨੂੰ ਟਿਕਟ ਦਿੱਤੀ ਆ, ਅਤੇ ਸਾਡੀਆਂ ਜਿਹੜੀਆਂ ਬੱਜਰ ਕਰਾਇਤਾਂ ਨੇ ਕੁੜੀ ਮਾਰ ਨੜੀ ਮਾਰਨਾ ਅਸੀਂ ਨਾਤਾ ਨਹੀਂ ਸਿੱਖ ਰੱਖ ਸਕਦੇ, ਉਸ ਕੁੜੀ ਮਾਰ ਨੂੰ ਟਿਕਟ ਦਿੱਤੀ ਆ ਪਹਿਲੀ ਅਕਾਲੀ ਦਲ ਨੇ ਵੀਰੋ। ਅਤੇ ਪਹਿਲੀ ਉਹਨਾਂ ਦੀ ਮੀਟਿੰਗ ਵਿੱਚ ਜੋ ਕੁਝ ਹੋਇਆ ਉਹ ਤੁਸੀਂ, ਅਸੀਂ ਇਲੈਕਸ਼ਨ ਕਮਿਸ਼ਨ ਕੋਲ ਵੀ ਸ਼ਿਕਾਇਤ ਕੀਤੀ, ਤੁਸੀਂ ਸਾਰੀਆਂ ਖਬਰਾਂ ਪੜ੍ਹ ਲਈਆਂ। ਇਹ ਕਾਹਦੇ ਪੰਥਕ ਨੇ ਜੀ, ਜਿਨ੍ਹਾਂ ਦੀ ਮੀਟਿੰਗ ਪਹਿਲੀ ਇਲੈਕਸ਼ਨ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੀ ਮੈਂਬਰ ਹੋਵੇ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਰਹੀ ਹੋਵੇ, ਅਤੇ ਉਹਦੀ ਪਹਿਲੀ ਮੀਟਿੰਗ ਵਿੱਚ ਹੀ ਸ਼ਰਾਬ ਦੀ ਖੁੱਲ੍ਹੀ ਵਰਤੋਂ ਸਟਾਲ ਲਾ ਕੇ ਹੋਵੇ, ਇਹ ਪੰਥਕ ਪਾਰਟੀ ਰਹਿ ਗਈ? ਇਹ ਕਿਵੇਂ ਕਹਿ ਸਕਦੇ ਆ ਕਿ ਅਸੀਂ ਪੰਥਕ ਹਾਂ? ਇਹ ਵਜ੍ਹਾ ਨੇ ਕਿ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਕਾਹਨ ਕਰ ਦਿੱਤਾ। ਉਹ ਚੇਅਰ, ਉਹ ਪਦਵੀ ਜਿਹਦੇ ਸਨਮਾਨ ਵਿੱਚ ਸਾਰੀ ਦੁਨੀਆ ਦੇ ਸਿਰ ਝੁਕਦੇ ਆ, ਇਹਨਾਂ ਅਪਮਾਨਿਤ ਕਰਕੇ ਰੱਖ ਦਿੱਤੀ ਆ, ਇਹਨਾਂ ਕਾਹਨ ਕੀਤਾ ਆ ਉਸ ਪਦਵੀ ਦਾ, ਜਿਵੇਂ ਉਹਨਾਂ ਨੂੰ ਪਿਆਦੇ ਬਣਾਇਆ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਕੋਲ ਮੁਰਜਮਾਂ ਵਾਂਗੂ
ਆਪਣੇ ਕੋਲ ਤਲਬ ਕਰਕੇ ਸਰਕਾਰੀ ਕੋਠੀਆਂ ਵਿੱਚ ਤੇ ਜੋ ਸਿੱਖੀ ਦਾ ਕਾਹਨ ਕੀਤਾ ਉਹਦਾ ਜ਼ਿਕਰ ਕਰੀਏ।